ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਮੁੱਲਾਪੁਰ ਨਿਊ ਚੰਡੀਗੜ੍ਹ ਵਿਖੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪੁਰੋਹਿਤ ਵੀ ਹਾਜ਼ਰ ਸਨ। ਉਦਘਾਟਨ ਕਰਨ ਤੋਂ ਬਾਅਦ ਪੀਐਮ ਮੋਦੀ ਵੱਲੋਂ ਪੀਐਮ ਮਾਨ ਦੇ ਨਾਲ ਹਸਪਤਾਲ ਦਾ ਅੰਦਰੋਂ ਪੂਰੀ ਤਰ੍ਹਾਂ ਜਾਇਜ਼ਾ ਵੀ ਲਿਆ ਗਿਆ। ਇਸ ਹਸਪਤਾਲ ਦੇ ਵਿੱਚ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾ ਟਾਟਾ ਮੈਮੋਰੀਅਲ ਸੈਂਟਰ ਦੁਆਰਾ 660 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਹੈ। ਇਸ ਕੈਂਸਰ ਹਸਪਤਾਲ ਦੀ ਸਮਰੱਥਾ 300 ਬੈੱਡਾਂ ਦੀ ਹੈ। ਹਸਪਤਾਲ ਐਮ ਆਰ ਆਈ, ਸੀਟੀ, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਤੇ ਬ੍ਰੈਕੀਥੈਰਪੀ ਵਰਗੀਆਂ ਅਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ। ਕੇਂਦਰ ਦੇ ਵਿੱਚ ਹਰ ਕਿਸਮ ਦੇ ਕੈਂਸਰ ਦੇ ਇਲਾਜ ਦੇ ਲਈ ਇਲਾਜ ਦੇ ਸਾਰੇ ਤਰੀਕੇ ਇੱਥੇ ਉਪਲਬਧ ਹੋਣਗੇ ਜਿਸ ਵਿੱਚ ਕੀਮੋਥੈਰੇਪੀ ਇਮਿਊਨੋਥੈਰੇਪੀ ਤੇ ਬੋਨ ਮੈਰੋ ਟ੍ਰਾਂਸਪਲੈਂਟ ਵੀ ਸ਼ਾਮਲ ਨੇ ਇਹ ਪ੍ਰੋਜੈਕਟ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੇ ਕੁਝ ਹਿੱਸਿਆਂ 'ਚ ਕੈਂਸਰ ਦੀ ਬਿਮਾਰੀ ਤੇਜ਼ੀ ਦੇ ਨਾਲ ਵਧਣ ਦੇ ਨਾਲ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਨੇ ਅਤੇ ਲੋਕਾਂ ਨੂੰ ਕੈਂਸਰ ਦੇ ਸਸਤੇ ਇਲਾਜ ਦੇ ਲਈ ਦੂਜੇ ਰਾਜਾਂ 'ਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਮਾਮਲਾ ਇੰਨਾ ਗੰਭੀਰ ਸੀ ਕਿ ਬਠਿੰਡਾ ਤੋਂ ਚੱਲਣ ਵਾਲੀ ਟ੍ਰੇਨ ਨੂੰ ਕੈਂਸਰ ਟ੍ਰੇਨ ਤੱਕ ਆ ਜਾਣ ਲੱਗਿਆ ਨਿਊ ਚੰਡੀਗੜ੍ਹ ਦਾ ਹਸਪਤਾਲ ਹੁਣ ਕੈਂਸਰ ਦੀ ਦੇਖਭਾਲ ਲਈ ਇੱਕ ਹੱਬ ਬਣ ਜਾਵੇਗਾ ਤੇ ਖੇਤਰ ਦੇ ਵਿੱਚ ਹੀ ਕੈਂਸਰ ਦੀ ਦੇਖਭਾਲ ਤੇ ਇਲਾਜ ਦੇ ਲਈ ਕੇਂਦਰ ਵਜੋਂ ਕੰਮ ਕਰੇਗਾ ਇਸ ਦੇ ਨਾਲ ਹੀ ਸੰਗਰੂਰ ਦੇ ਵਿੱਚ ਭਾਰਤ ਸਰਕਾਰ ਵੱਲੋਂ 100 ਬਿਸਤਰਿਆਂ ਦਾ ਕੈਂਸਰ ਹਸਪਤਾਲ 2018 ਤੋਂ ਚੱਲ ਰਿਹਾ ਹੈ ਜੋ ਹੁਣ ਇਸ ਹਸਪਤਾਲ ਦੇ ਹਿੱਸੇ ਵਜੋਂ ਕੰਮ ਕਰੇਗਾ